ਇਹ ਗੁਬਾਰੇ ਵਾਲਾ ਹੈਲੀਕਾਪਟਰ ਬਹੁਤ ਹੀ ਵਧੀਆ ਉੱਡਣ ਵਾਲੀ ਚੀਜ਼ ਹੈ। ਇਹ ਬਣਿਆ ਬਣਾਇਆ ਖਿਡੌਣਾ ਹੈ। ਇਸ ਵਿੱਚ ਤਿੰਨ ਬਲੇਡ, ਇੱਕ ਰੋਟਰ, ਇੱਕ ਗੁਬਾਰਾ ਅਤੇ ਇੱਕ ਸਾਕਟ ਹੈ। ਇਹ ਸੀਟੀ ਦੇ ਨਾਲ ਲੱਗਾ ਰੋਟਰ ਹੈ। ਸੀਟੀ ਦਾ ਆਨੰਦ ਮਾਣੋ। ਇਹ ਬਲੇਡ ਹੈ, ਹਵਾ ਗੁਲਾਬੀ ਪੋਰਟ ਰਾਹੀਂ ਅੰਦਰ ਜਾਵੇਗੀ ਅਤੇ ਖੰਭ ਦੀ ਨੋਕ ਦੇ ਕੋਲ ਗਲੀ ਵਿੱਚੋਂ ਬਾਹਰ ਆਵੇਗੀ। ਤਿੰਨ ਬਲੇਡ ਇੱਕ ਇੱਕ ਕਰਕੇ ਵਿੱਚ ਵਾਲੇ ਰੋਟਰ ਨਾਲ ਜੋੜੇ ਜਾ ਸਕਦੇ ਹਨ। ਤੁਸੀਂ ਦੇਖ ਸਕਦੇ ਹੋ ਕਿ ਬਲੇਡ ਦੀ ਲੰਬਾਈ ਦੇ ਨਾਲ ਇੱਕ ਟਿਊਬ ਹੈ ਜੋ ਕਿ ਬਲੇਡ ਦੀ ਨੋਕ ਦੇ ਕੋਲ ਗਲੀ ਵਿੱਚ ਖਤਮ ਹੁੰਦੀ ਹੈ। ਇਹ ਗਲੀ ਵਿੱਚੋਂ ਹਵਾ ਬਾਹਰ ਨਿਕਲਦੀ ਹੈ। ਇਹ ਸਾਕਟ ਹੈ, ਨੀਲੇ ਸਾਕਟ ਨੂੰ ਗੁਬਾਰੇ ਨਾਲ ਜੋੜ ਦਿਓ, ਫਿਰ ਆਪਣੇ ਮੂੰਹ ਨਾਲ ਗੁਬਾਰੇ ਨੂੰ ਫੁਲਾਓ। ਸਾਕਟ ਅਤੇ ਫੁੱਲੇ ਹੋਏ ਗੁਬਾਰੇ ਨੂੰ ਰੋਟਰ ਨਾਲ ਜੋੜ ਦਿਓ। ਹੁਣ ਗੁਬਾਰੇ ਨੂੰ ਥੱਲੇ ਨੂੰ ਕਰਕੇ ਹੈਲੀਕਾਪਟਰ ਨੂੰ ਹਵਾ ਵਿੱਚ ਛੱਡ ਦਿਓ। ਗੁਬਾਰੇ ਵਿੱਚੋਂ ਹਵਾ ਨਿਕਲੇਗੀ ਅਤੇ ਖੰਭਾਂ ਨੂੰ ਮੋੜੇਗੀ। ਹੈਲੀਕਾਪਟਰ ਸੀਟੀਆਂ ਮਾਰਦਾ ਉੱਡ ਪਏਗਾ। ਥੋੜ੍ਹੇ ਸਮੇਂ ਬਾਅਦ ਇਹ ਥੱਲੇ ਆ ਜਾਵੇਗਾ। ਇੱਕ ਵਾਰ ਫਿਰ ਤੋਂ ਇਸ ਸ਼ਾਨਦਾਰ ਖਿਡੌਣੇ ਨੂੰ ਕੰਮ ਕਰਦੇ ਦੇਖੋ।